ਬਦਲਾਵ ਦੀ ਸਰਕਾਰ ਇਲੈਕਸ਼ਨ ਜਿੱਤਣ ਲਈ ਹਰ ਤਰ੍ਹਾਂ ਦਾ ਹਤਕੰਡਾ ਅਪਣਾਉਂਦੀ ਆ ਹੁਣ ਕਿਸੇ ਨੂੰ ਜੇ ਪ੍ਰੇਖਾ ਹੈ ਕਿ ਪੰਜਾਬ ਦੇ ਵਿੱਚ ਲੋਕਤੰਤਰ ਡੈਮੋਕ੍ਰੇਸੀ ਜੀ ਹੁੰਦੀ ਹੈ ਤਾਂ ਉਹ ਬਹੁਤ ਵੱਡਾ ਭੁਲੇਖਾ ਪਾ ਲਈ ਬੈਠਾ ਕਿ ਹੁਣ ਤਾਨਾਸ਼ਾਹੀ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੇ ਗੁੰਡਾਤੰਤਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਦੋ ਇਨਸੀਡੈਂਟ ਤੁਹਾਨੂੰ ਮੈਂ ਦੱਸਦਾ ਕਿ ਇਲੈਕਸ਼ਨ ਜਿੱਤਣ ਲਈ ਕੀ ਕੀਤਾ ਇਹਨਾਂ ਨੇ ਇੱਕ ਤਾਂ ਅਮਰਿਤਪਾਲ ਦੇ ਭਰਾ ਤੇ ਐਨਡੀਪੀਐਸ ਦਾ ਫਰਜੀ ਪਰਚਾ ਦਰਜ ਕੀਤਾ ਦੂਜਾ ਬੀਜੇਪੀ ਦੇ ਸੀਨੀਅਰ ਲੀਡਰ ਤੇ ਫਾਰਮਰ ਐਮਪੀ ਫੋਮ ਪ੍ਰਕਾਸ਼ ਤੇ 26 ਸਾਲ ਪੁਰਾਣੇ ਕੇਸ 'ਚ ਇੱਕ ਫਰਜੀ ਮੁਕਦ ਇਹ ਇਲੈਕਸ਼ਨ ਸਟਰੈਟਜੀ ਮੈਨੂੰ ਕਹੂੰਗਾ ਸੰਦੀਪ ਪਾਠਕ ਦੀ ਪਲਾਨਿੰਗ ਤੇ ਭਗਵੰਤ ਮਾਨ ਦੀ ਇੰਪਲੀਮੈਂਟੇਸ਼ਨ ਇਹ ਦੋਨਾਂ ਦੀ ਕੰਬੋ ਆਪਰੇਸ਼ਨ ਜਿਹੜਾ ਇਹ ਕੀਤਾ ਗਿਆ ਹੁਣ ਪਹਿਲਾਂ ਪਕਲ ਗਰੀ ਅਮਰਿਤਪਾਲ ਦੇ ਭਰਾ ਦੀ ਅਮਰਿਤਪਾਲ ਦੇ ਭਰਾ ਨੂੰ ਇੱਕ ਫਰਜੀ ਕੇਸ ਮੈਂ ਖੁਦ ਇਹ ਕਹਿੰਨਾ ਕਿ ਇਹ ਫਰਜੀ ਕੇਸ ਹੈ ਫਰਜੀ ਕੇਸ ਐਨਡੀਪੀ ਦੇ ਫਫਾਇਆ ਗਿਆ ਇੱਕ ਤੀਰ ਨਾਲ ਦੋ ਨਿਸ਼ਾਨੇ ਕੀਤੇਗੇ ਇੱਕ ਤਾਂ ਜਿਹੜੀ ਵਿਸ਼ੋਈ ਦੀ ਇੰਟਰਵਿਊ ਪੰਜਾਬ ਸਰਕਾਰ ਨੇ ਖੁਦ ਐਡਮਿਟ ਕੀਤੀ ਹਾਈ ਕੋਰਟ ਚ ਪੰਜਾਬ ਦੇ ਵਿੱਚ ਹੋਈ ਹੈ ਉਤੇ ਹੋਰ ਹੀ ਫਰਜ਼ੀਹਤ ਤੋਂ ਧਿਆਨ ਭਟਕਾਉਣ ਲਈ ਇਹ ਕੀਤਾ ਗਿਆ ਤਾਂ ਕਿ ਸਾਰਾ ਮੁੱਦਾ ਉੱਧਰ ਡਿਵਰਟ ਹੋ ਜੇ ਉਹਨੂੰ ਉਹਨੂੰ ਕਵਰ ਅਪ ਆਪਰੇਸ਼ਨ ਕਵਰ ਅਪ ਕਹਾਂਗਾ ਮੈਂ ਆਪਰੇਸ਼ਨ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਦੂਜਾ ਫਾਇਦਾ ਕੀ ਲੈਣ ਦੀ ਕੋਸ਼ਿਸ਼ ਕੀਤੀ ਕਿ ਅਮਰਿਤਪਾਲ ਤੇ ਸਰਬਜੀਤ ਸਿੰਘ ਖਾਲਸਾ ਦੇ ਜੋ ਜਿੱਤ ਹੋਈ ਇੱਕ ਜਿਹਨੂੰ ਕਹਿੰਦੇ ਆ ਪੰਥਕ ਵੋਟ ਜਿਹੜੀ ਉਹਨਾਂ ਨੂੰ ਪਈ ਜਾ ਕੇ ਤੇ ਉਤੋਂ ਡਰੀ ਹੋਈ ਪੰਜਾਬ ਸਰਕਾਰ ਭਗਵੰਤ ਮਾਨ ਤੇ ਸੰਦੀਪ ਪਾਠਕ ਨੇ ਅਮਰਿਤਪਾਲ ਤੇ ਹੋਰ ਸਾਰੇ ਉਹ ਸਿੱਖ ਆਗੂਆਂ ਤੇ ਸਿੱਖ ਪੰਥਕ ਦੇ ਦੇ ਪੰਥਕ ਆਗੂਆਂ ਤੇ ਤੋਹਮਤ ਲਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਸ਼ਾਇਦ ਇਸ ਮਾਮਲੇ 'ਚ ਇਨਵੋਲਵ ਨੇ ਤੇ ਉਹ ਕਿਉਂਕਿ ਤਿੰਨ ਸਾਥੀ ਜੋ ਅਮਰਤਪਾਲ ਦੇ ਉਹ ਅਨਾਉਂਸ ਕਰ ਚੁੱਕੇ ਆ ਕਿ ਅਸੀਂ ਬਾਅਦ ਇਲੈਕਸ਼ਨ ਲੜਾਂਗੇ ਤੇ ਉਹਨਾਂ ਦੀ ਜਿੱਤ ਤੋਂ ਡਰ ਤੋਂ ਤਾਂ ਕਿ ਉਹਨਾਂ ਤੇ ਇਹ ਟੈਗ ਇਸ ਟੈਂਪਲ ਆਈ ਜਾਵੇ ਕਿ ਇਹ ਤਾਂ ਭਾਈ ਫਰਾਡ ਨੇ ਉਹ ਉਹ ਉਹਨੂੰ ਉਹ ਸਾਬਿਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਇੱਥੇ ਭਗਵੰਤ ਮਾਨ ਤੇ ਸੰਦੀਪ ਪਾਠਕ ਨੇ ਕੀਤੀ ਹੈ ਪਰ ਫਸ ਗਏ ਜਦੋਂ ਇੱਕ ਡੋਪ ਟੈਸਟ ਡੋਪ ਟੈਸਟ ਕਹਿੰਦੇ ਜੀ ਕੋਈ ਲੋਕ ਰੌਲਾ ਪਾ ਰਹੇ ਡੋਪ ਟੈਸਟ ਹੋਇਆ ਜੀ ਡੋਪ ਟੈਸਟ ਹੋਇਆ ਤੁਸੀਂ ਕਿਉਂ ਬੋਲੀ ਜਾਂਦੇ ਹੋ ਮੈਨੂੰ ਵੀ ਕਈ ਟਵੀਟਸ ਦੇ ਉੱਪਰ ਰਿਪਲਾਈ ਆਏ ਡੋਪ ਟੈਸਟ 2023 ਚ ਜੁਲਾਈ 2023 ਚ ਖੁਦ ਭਗਵੰਤ ਮਾਨ ਹੋਮ ਮਿਨਿਸਟਰ ਦੀ ਵਿਜੀਲੈਂਸ ਡਿਪਾਰਟਮੈਂਟ ਨੇ 4200 ਡੋਪ ਟੈਸਟ ਜਿਹੜੇ ਆ ਗਏ ਆ ਉਹਨਾਂ ਚ ਨਿਯਮਤਾ ਪਾਈ ਗਈ। ਮਤਲਬ 4200 ਡੋਪ ਟੈਸਟ ਮੈਨਿਪੂਲੇਟ ਕੀ ਹੋਏ ਨੇ ਤੇ ਜਿਹੜੇ ਕੀ ਕਲੀਅਰ ਹੋਏ ਨੇ ਤੇ ਇਹ ਖੁਦ ਭਗਵੰਤ ਮਾਨ ਨੇ ਮੰਨਿਆ ਤੇ ਪੰਜਾਬ ਪੁਲਿਸ ਨੇ ਮੰਨਿਆ ਵਿਜੀਲੈਂਸ ਡਿਪਾਰਟਮੈਂਟ ਨੇ ਮੰਨਿਆ। ਤਾਂ ਫਿਰ ਇਹ ਡੋਪ ਟੈਸਟ ਫਰਜੀ ਕਿਉਂ ਨਹੀਂ? ਮੋਰਓਵਰ ਜਦ ਇਹ ਆਪਣੇ ਐਮਐਲਏ ਨੂੰ ਜਿਹੜਾ ਇਹਦਾ ਨਾ ਐਮਐਲਏ ਇੱਕ ਅਰੈਸਟ ਹੋਇਆ ਹੋਇਆ ਹੈਗਾ ਤੇ ਉਸ ਐਮਐਲਏ ਨੂੰ ਇਹ 2 ਮਹੀਨੇ ਰਜਿੰਦਰਾ ਹਸਪਤਾਲ ਤੇ ਫਰਜੀ ਰਿਪੋਰਟਾਂ ਬਣਾ ਕੇ ਮੈਡੀਕਲ ਗਰਾਉਂਡ ਤੇ ਰੱਖੀ ਰੱਖਿਆ ਤਾਂ ਜਦੋਂ ਖੁਲਾਸਾ ਹੋਇਆ ਫਿਰ ਜੇਲ੍ਹ ਭੇਜਣਾ ਪਿਆ ਤਾਂ ਡੋਪ ਟੈਸਟ ਤਾਂ ਬੜੀ ਛੋਟੀ ਗੱਲ ਹੈ ਨਾ ਵਾਸਤੇ ਅਰ ਦੂਜੀ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਹਨਾਂ ਦਾ ਡੋਪ ਟੈਸਟ ਤੇ ਫਰਜੀ ਐਫਆਈਆਰ ਇੱਕ ਘੰਟੇ ਵਾਸਤੇ ਵੀ ਕੋਰਟ 'ਚ ਨਹੀਂ ਟਿਕੇ ਕੋਰਟ ਨੇ ਅੰਮ੍ਰਿਤਪਾਲ ਦੇ ਭਰਾ ਨੂੰ ਜੁਡੀਸ਼ਲ ਰਿਮਾਨਡ ਤੇ ਭੇਜਿਆ ਜਦਕਿ ਇਹ ਪੁਲਿਸ ਰਿਮਾਨਡ ਮੰਗਦੇ ਰਹੇ ਐਥੋਂ ਸਾਬਿਤ ਹੁੰਦਾ ਹੈ ਕੋਰਟ ਨੇ ਮੰਨ ਲਿਆ ਕਿ ਡੋਪ ਟੈਸਟ ਵੀ ਫਰਜੀ ਹੈ ਤੇ FIR ਵੀ ਫਰਦੀ ਹੈ ਹੁਣ ਆਓ ਦੂਜੀ ਗੱਲ ਤੇ ਸੋਮ ਪ੍ਰਕਾਸ਼ ਦੋ ਵਾਰ ਫਿਟਿੰਗ ਐਮਐਲਏ ਫਗਵਾੜੇ ਤੋਂ ਰਹੇ ਇੱਕ ਵਾਰ ਐਮਪੀ ਇਲੈਕਸ਼ਨ ਲੜਿਆ ਚੰਗਾ ਮਾਰਜਿਨ ਸੀਗਾ ਤੇ ਪਰ ਹਾਰ ਗਏ ਦੂਜੀ ਵਾਰ ਐਮਪੀ ਇਲੈਕਸ਼ਨ ਲੜਿਆ ਚੰਗੇ ਮਾਰਜਿਨ ਨੂੰ ਜਿੱਤੇ ਤੇ ਇਸ ਵਾਰ ਉਹਨਾਂ ਦੀ ਪਤਨੀ ਐਮਪੀ ਇਲੈਕਸ਼ਨ ਲੜੀ ਸੀਗੀ ਤੇ ਹੁਣ ਇਲੈਕਸ਼ਨ ਉੱਥੇ ਵੀ ਆ ਰਿਹਾ ਹੈ ਚੱਬੇਵਾਲ ਚ ਇਲੈਕਸ਼ਨ ਆ ਰਿਹਾ ਕਿਉਂਕਿ ਉਹ ਐਮਪੀ ਬਣ ਕੇ ਚੱਬੇਵਾਲ ਸਾਹਿਬ ਤੇ ਉਸ ਇਲੈਕਸ਼ਨ ਨੂੰ ਕਵਰ ਅਪ ਆਪਰੇਸ਼ਨ ਕਵਰ ਅਪ ਤਾਂ ਕਿ ਫੋਮ ਪ੍ਰਕਾਸ਼ ਨੂੰ ਡਰਾਇਆ ਜਾ ਸਕੇ ਇੱਕ 26 ਸਾਲ ਪੁਰਾਣੇ ਫਰਜੀ ਕੰਪਲੇਂਟ ਤੇ ਝਾਕ ਹੁਣ ਮੁਕਦਮਾ ਦਰਜ ਕਰ ਦਿੱਤਾ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਇਲੈਕਸ਼ਨ ਜਿੱਤਣ ਵਾਸਤੇ ਹਰ ਤਰ੍ਹਾਂ ਦਾ ਹਤਕੰਡਾ ਸੰਦੀਪ ਪਾਟਕ ਤੇ ਭਗਵੰਤ ਮਾਨ ਤੇ ਕੇਜਰੀਵਾਲ ਬਣਾ ਰਹੇ ਨੇ ਤੇ ਹੁਣ ਫੈਸਲਾ ਪੰਜਾਬੀਆਂ ਦਾ ਹੈ ਕਿ ਤੁਸੀਂ ਇਹ ਤਾਨਾਸ਼ਾਈ ਦੇ ਖਿਲਾਫ ਲੜਨਾ ਹੈ ਜਾਂ ਤਾਨਾਸ਼ਾਈ ਦੇ ਖਿਲਾਫ ਗੋਡੇ ਟੇਕਣੇ ਹੈ ਇਹਨੂੰ ਤੁਹਾਡੇ ਤੇ ਡਿਪੈਂਡ ਕਰਦਾ ਸੱਚਾਈ ਤੁਹਾਡੇ ਸਾਹਮਣੇ ਮੈਂ ਦੱਸਤੀ ਬਾਕੀ ਨਸ਼ੇ ਵਾਲੇ ਕੇਸਾਂ 'ਚ ਵੀ 40% ਕੇਸ ਜਿਹੜੇ ਐ ਇਹ ਮੈਂ ਨਹੀਂ ਬੋਲਦਾ ਇਨੈਸ਼ਨਲ ਕ੍ਰਾਈਮ ਬਿਊਰੋ ਦਾ ਡਾਟਾ ਬੋਲਦਾ ਸੈਂਟਰ ਗਵਰਨਮੈਂਟ ਦਾ 40% ਪੰਜਾਬ ਤੇ ਨਸ਼ੇ ਦੇ ਕੇਸ ਨਸ਼ਾ ਲੈਣ ਵਾਲਿਆਂ ਦੇ ਦਰਜ ਕੀਤੇ ਗਏ ਆ ਨਾ ਕਿ ਨਸ਼ੇ ਦੇ ਸੁੱਧਾਗਰਾਂ ਤੇ ਜਜ ਕਿ ਉਹਨਾਂ ਨੂੰ ਭੇਜਣਾ ਚਾਹੀਦਾ ਫਿਰ ਨਸ਼ਾ ਛਡਾਊ ਕੇਂਦਰਾਂ 'ਚ ਇਹ ਹੈ ਅਸਲ ਸੱਚਾਈ ਨਸ਼ੇ ਦੇ ਅਗੇਂਸਟ ਜਿਹੜੀ ਮੁਹਿੰਮ ਚਲਾਈ ਹੈ ਉਹਦੀ